नमस्कार, आप देख रहे हैं सुपर न्यूज 24/7। आपको खबर दिखा रहे हैं मोहाली से, जहां एसएसपी मोहाली श्री सतिंदर सिंह की दिशा निर्देशों के अनुसार एसपी सिटी श्री हरविंदर विर्क और डीएसपी श्री दीप कमल के सहयोग से फेस 8 थाना के प्रभारी इंस्पेक्टर राजेश अरोड़ा की निगरानी में क्राइम और गाड़ियों की लूट को अंजाम देने वाले चोरों को काबू करने के लिए मुहिम चलाई गई और बड़ी सफलता मिली, जिसके चलते चोर गिरोह को पकड़ा गया है, जिनमें 2 मोटरसाइकिल, 4 कार और 4 मोबाइल बरामद किए गए हैं। 3 चोरों की गिरफ्तारी कर ली गई है और 4 चोरों की गिरफ्तारी बाकी है। पत्रकारों को संबोधन कर दी मोहाली से एसपी सिटी श्री हरविंदर सिंह विर्क ने जानकारी। आइए देखते हैं सुपर न्यूज 24/7 से रितिश कुमार की रिपोर्ट। हाँ, मोहाली डिस्ट्रिक्ट के जिवें तुसीं देखदे होंगे, सिटी मोहाली के पिछे कुछ वारदातां जिहड़ियां ने आपणियां हुंदियां रहिंदियां हर थां ते, जिहड़ी हैगी है क्राइम, जिवें तुहानूं पता है कि हर खिते दे विच हुंदा आ। तां मोहाली दे विच जिहड़ा ज़्यादा क्राइम इत्थे हुंदा उह स्नैचिंग दा एंड प्लस जिहड़ा कार थैफ्ट दा क्राइम है। पिछे समय तों साडे नोटिस विच आ रिहा कि जिहड़ा कार थैफ्ट दा क्राइम है जां स्नैचिंग, इह थोड़ा ज़्यादा क्राइम हैगा सी। तो ये जी हैगी असी अपनी जी साडे पुलिस फोर्स है गया नूं समय समय दे असी ब्रीफ करते रहने हैं एंड उहदे विच साडी पिछे जिहड़ियां वारदातां होईयां सी उहनां नूं रिगार्ड लैके असी अपने साडे डीएसपी सिटी 2 दीप कमल एंड साडे एसएचओ फेज 8 ते बाकी थाणियां दे वी एसएचओ सारिआं नूं ब्रीफ कीता होया सी। ਤਾਂ 16 ਮਾਰਚ ਨੂੰ ਸਾਡੇ ਇੱਕ ਜਿਹੜੀ ਕੁੰਬੜਾ ਦੇ ਏਰੀਆ ਦੇ ਵਿੱਚ ਇੱਕ ਮੋਟਰਸਾਈਕਲ ਦੀ ਖੋਹ ਹੋਈ ਸੀ। ਉਸ ਤੋਂ ਬਾਅਦ 17 ਮਾਰਚ ਨੂੰ ਅਸੀਂ ਗੁਰਜੰਟ ਸਿੰਘ ਨਾਂ ਦੇ ਵਿਅਕਤੀ, ਜੋ ਮੌਲੀ ਵੈਦਵਾਨ ਦਾ ਰਹਿਣ ਵਾਲਾ ਲੜਕਾ ਸੀ, ਉਹਨੂੰ ਇਹਦੇ ਵਿੱਚ ਗ੍ਰਿਫਤਾਰ ਕੀਤਾ ਐਂਡ ਉਹਦੀ ਫਰਦਰ ਪੁੱਛਗਿੱਛ ਦੇ ਵਿੱਚ ਆਇਆ ਕਿ ਇੱਕ ਹਰਸ਼ ਨਾਮ ਦਾ ਲੜਕਾ, ਇੱਕ ਸ਼ੇਰ ਸਿੰਘ, ਇੱਕ ਪੱਪੂ ਗੁਰਪ੍ਰੀਤ, ਰਾਹੁਲ, ਇਹ ਸਾਰੇ ਜਿਹੜੇ ਹੈਗੇ ਨੇ ਅੱਗੇ ਫਰਦਰ ਡਿਊਰਿੰਗ ਕੋਰਸ ਆਫ ਇਨਵੈਸਟੀਗੇਸ਼ਨ ਇਹ ਸਾਰੇ ਕੇਸ ਦੇ ਵਿੱਚ ਨੋਮੀਨੇਟ ਕੀਤੇ ਗਏ। 3 ਜਿਹੜੇ ਦੋਸ਼ੀ ਨੇ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਹੈ। ਹਰਸ਼ ਨਾਂ ਦਾ ਵਿਅਕਤੀ, ਇੱਕ ਗੁਰਜੰਟ ਸਿੰਘ ਨਾਂ ਦਾ ਵਿਅਕਤੀ ਹੈਗਾ ਅਤੇ ਇੱਕ ਸ਼ੇਰ ਸਿੰਘ ਜਿਹੜਾ ਹੈਗਾ। 3 ਵਿਅਕਤੀਆਂ ਨੂੰ ਅਸੀਂ ਇਸ ਮੁਕੱਦਮਾ ਦੇ ਵਿੱਚ ਅਰੈਸਟ ਕੀਤਾ, ਜਿਹਨਾਂ ਤੋਂ ਜਿਹੜੀ ਹੈਗੀ ਡੂੰਘਾਈ ਨਾਲ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਇਹਨਾਂ ਤੋਂ ਚੋਰੀ ਦੀਆਂ 4 ਜਿਹੜੀਆਂ ਕਾਰਾਂ ਹੈਗੀਆਂ ਨੇ ਬਰਾਮਦ ਕੀਤੀਆਂ, ਪਲੱਸ 2 ਮੋਟਰਸਾਈਕਲ ਅਤੇ ਜਿਹੜੇ ਹੈਗੇ ਨੇ ਮੋਬਾਈਲ ਫੋਨ, 5-6 ਮੋਬਾਈਲ ਫੋਨ ਨੇ ਜਿਹੜੇ ਇਹਨਾਂ ਤੋਂ ਰਿਕਵਰ ਕੀਤੇ ਆ। ਇਹ ਜਿਹੜੇ ਦੋਸ਼ੀ ਹੈਗੇ ਨੇ ਇਹ ਅਲੱਗ ਅਲੱਗ ਏਰੀਆ ਦੇ ਵਿੱਚ ਜਿਹੜਾ ਇਹਨਾਂ ਦਾ ਮੋਡਸ ਓਪਰੈਂਡੀ ਹੈਗਾ ਸੀ ਕਿ ਅਲੱਗ ਅਲੱਗ ਏਰੀਆ ਤੋਂ ਲਿਆ ਕੇ ਚੋਰੀ ਕਰਕੇ ਕਿਸੇ ਨਾ ਕਿਸੇ ਦੂਜੀ ਜਗ੍ਹਾ ਦੇ ਉੱਪਰ ਕਿਸੇ ਹੋਰ ਦੋਸਤ ਦੇ ਘਰ ਜਾਂ ਨੇੜੇ ਤੇੜੇ ਖੜ੍ਹੀ ਇੱਕ ਕਾਰ ਨੂੰ ਪਾਰਕ ਕਰ ਦਿੰਦੇ ਸੀ ਐਂਡ ਬਾਅਦ ਦੇ ਵਿੱਚ ਜਦੋਂ ਮੌਕਾ ਮਿਲਦਾ ਜਾਂ ਉਹਨੂੰ ਜਿਹੜੀ ਹੈਗੀ ਅੱਗੇ ਸੇਲ ਕਰਨ ਦੀ ਕੋਸ਼ਿਸ਼ ਕਰਦੇ ਅਤੇ ਕਈ ਜਿਹੜੀਆਂ ਇਹਨਾਂ ਨੇ ਸੇਲ ਵੀ ਕੀਤੀਆਂ। ਤਾਂ ਇਸ ਤਰੀਕੇ ਨਾਲ ਜਿਹੜੀ ਇਹਨਾਂ ਦੀ ਫਰਦਰ ਪੁੱਛਗਿੱਛ ਦੇ ਵਿੱਚ ਪਾਇਆ ਗਿਆ ਕਿ ਇਹਨਾਂ ਦਾ ਜਿਹੜਾ ਜ਼ਿਆਦਾਤਰ ਏਰੀਆ ਸੋਹਾਣਾ, ਲਾਲੜੂ ਅਤੇ ਚੰਡੀਗੜ੍ਹ ਏਰੀਆ, ਬਲਟਾਣਾ ਏਰੀਆ, ਰੋਪੜ, ਚੰਡੀਗੜ੍ਹ, ਮੋਹਾਲੀ, ਤਾਂ ਇਹ ਸਾਰੀ ਜਿਹੜੀ ਇਸ ਸਾਰੀ ਟ੍ਰਾਈ ਸਿਟੀ ਦੇ ਨਾਲ ਵਾਲੀ ਨਾਲ ਨਾਲ ਲੱਗਦੀ ਬੈਲਟ ਹੈਗੀ ਆ, ਉਹਦੇ ਵਿੱਚ ਇਹਨਾਂ ਵੱਲੋਂ ਜਿਹੜੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਸੀ। ਇਹਨਾਂ ਦੇ ਵਿੱਚ ਅਸੀਂ ਇਹਨਾਂ ਨੂੰ ਅਰੈਸਟ ਕੀਤਾ ਹੈ। ਬਾਕੀ ਜਿਹੜੇ ਦੋਸ਼ੀ ਗ੍ਰਿਫਤਾਰੀ, ਇਹਨਾਂ ਦੀ 4 ਦੋਸ਼ੀਆਂ ਦੀ ਜਿਹੜੀ ਗ੍ਰਿਫਤਾਰੀ ਬਾਕੀ ਹੈ, ਉਹਨਾਂ ਨੂੰ ਗ੍ਰਿਫਤਾਰ ਕਰਕੇ ਜਿਹੜੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਏਗੀ, ਜਿਹੜੇ ਤੱਥ ਆਉਣਗੇ ਤੁਹਾਨੂੰ ਅਪਡੇਟ ਕੀਤਾ ਜਾਏਗਾ ਐਂਡ ਉਮੀਦ ਹੈ ਕਿ ਇਹਦੇ ਵਿੱਚ ਫਰਦਰ ਵੀ ਕਾਫੀ ਹੋਰ ਜਿਹੜੀਆਂ ਵਾਰਦਾਤਾਂ ਵੀ ਜਿਹੜੀਆਂ ਨੇ ਹੋਈਆਂ ਚੋਰੀ ਦੀਆਂ ਵਾਰਦਾਤਾਂ ਟਰੇਸ ਹੋਣ ਦੀ ਸੰਭਾਵਨਾ। ਥੈਂਕ ਯੂ। 7 ਜਣੇ ਨੋਮੀਨੇਟ ਕੀਤੇ ਆ ਐਂਡ 3 ਅਰੈਸਟ ਕੀਤੇ। ਇਹਨਾਂ ਤੋਂ ਜਿਹੜੀ ਮੈਂ ਦੱਸਿਆ ਕਿ ਇਹਨਾਂ ਤੋਂ 4 ਕਾਰਾਂ ਦੀਆਂ ਜਿਹੜੀਆਂ ਰਿਕਵਰੀਜ਼ ਹੋਈਆਂ ਨੇ, ਕਾਰ ਰਿਕਵਰੀ ਹੋਈਆਂ ਨੇ 4 ਐਂਡ 2 ਮੋਟਰਸਾਈਕਲ ਬਰਾਮਦ ਹੋਏ ਨੇ, ਬਾਕੀ ਇਹਨਾਂ ਤੋਂ ਮੋਬਾਈਲ ਫੋਨ ਦੀ ਜਿਹੜੀ ਰਿਕਵਰੀ ਆ ਉਹ ਹੋਈ ਆ ਐਂਡ ਬਾਕੀ ਕਿਉਂਕਿ ਇਹਨਾਂ ਦੇ ਹਾਲੇ ਜਿਹੜੇ ਚਾਰ ਮੁਲਾਜ਼ਮ ਜਿਹੜੇ ਹੈਗੇ ਨੇ, ਇਹਨਾਂ ਦੇ ਸਾਥੀ ਉਹ ਵਾਲੇ ਗ੍ਰਿਫਤਾਰ ਕਰਨੇ ਬਾਕੀ ਨੇ। ਜਦੋਂ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਤਾਂ ਉਸ ਤੋਂ ਜਿਹੜਾ ਹੈਗਾ ਫਿਰ ਪਤਾ ਲੱਗੇਗਾ ਕਿ ਹੋਰ ਕਿਹੜੀਆਂ ਕਿਹੜੀਆਂ ਵਾਰਦਾਤਾਂ ਇਹਨਾਂ ਨੇ। ਜਿਹੜੇ ਅਸੀਂ 3 ਦੋਸ਼ੀ ਗ੍ਰਿਫਤਾਰ ਕੀਤੇ ਨੇ ਇਹਨਾਂ ਦੇ ਵਿੱਚ ਇੱਕ ਹਰਸ਼ ਨਾਂ ਦਾ ਹੈਗਾ, ਉਹ LIC ਦੇ ਵਿੱਚ ਏਜੰਟ ਦੇ ਤੌਰ 'ਤੇ ਪਹਿਲਾਂ ਕੰਮ ਕਰਦਾ ਰਿਹਾ ਗਿਆ। ਹਰਸ਼ ਨਾਮ ਦਾ ਲੜਕਾ 24-25 ਸਾਲ ਇਹਨਾਂ ਦੀ ਹੈ, ਜੋ ਮੌਲੀ ਵੈਦਵਾਨ ਦਾ ਰਹਿਣ ਵਾਲਾ ਆ ਐਂਡ ਜਿਹੜੇ ਦੂਜੇ 2 ਵਿਅਕਤੀ ਹੋਰ ਕੀਤੇ ਆ ਉਹਨਾਂ ਦੇ ਵਿੱਚ ਗੁਰਜੰਟ ਸਿੰਘ, ਜਿਹੜਾ ਫਸਟ ਅਕਿਊਜ਼ਡ ਅਸੀਂ ਇਹਨੂੰ ਪ੍ਰਾਈਮਰੀ ਅਕਿਊਜ਼ ਦੇ ਤੌਰ 'ਤੇ ਅਸੀਂ ਮੰਨ ਕੇ ਚੱਲਦੇ ਸੀ, ਇਹਨੂੰ ਗ੍ਰਿਫਤਾਰ ਕੀਤਾ। ਇੱਕ ਸ਼ੇਰ ਸਿੰਘ ਨੇ, ਉਹਨਾਂ ਦੀ ਜਿਹੜੀ ਹੈਗੀ ਐਜੂਕੇਸ਼ਨ 5-6 ਜਮਾਤਾਂ ਪਾਸ ਨੇ, ਕੋਈ ਉਹਨਾਂ ਦੇ ਕੋਲ ਕੋਈ ਹਾਇਰ ਐਜੂਕੇਸ਼ਨ ਦੀ ਡਿਗਰੀ ਨਹੀਂ ਹੈ।
ਬਾਕੀ ਜਿਹੜੇ ਹੈਗੇ ਨੇ ਗੁਰਪ੍ਰੀਤ ਸ਼ਿਆਂਗਾ ਪੱਪੂ ਜਿਹੜੇ ਦੂਜੇ ਦੋਸ਼ੀ ਨੇ ਨਾਮਜ਼ਦ ਕੀਤੇ ਹੋਏ ਨੇ ਉਹਨਾਂ ਨੂੰ ਅਸੀਂ ਜਲਦੀ ਅਰੈਸਟ ਕਰਾਂਗੇ ਇਸ ਕੇਸ ਦੇ ਵਿੱਚ। ਇਹਨਾਂ ਦੀ ਜਿਹੜੀ ਹੈਗੀ ਮੁੱਢਲੀ ਪੁੱਛਗਿੱਛ ਹੈ ਕਿ ਜਿਵੇਂ ਪੈਸੇ ਦੀ ਲੋੜ, ਜਿਵੇਂ ਲਾਲਚ ਦੇ ਵਿੱਚ ਆ ਕੇ ਕਾਰਾਂ ਚੋਰੀ ਕਰਦੀਆਂ, ਈਜ਼ੀ ਮਨੀ ਹੈ ਕਿ ਕੁਛ ਕੋਈ ਵੀ ਵਹੀਕਲ ਥੈਫਟ ਕਰ ਲਓ ਜਾਂ ਸਨੈਚਿੰਗ ਕਰ ਲਓ, ਕੋਈ ਮੋਬਾਈਲ ਦੀ ਸਨੈਚਿੰਗ ਕਰ ਲਈ। ਔਰ ਕਿਉਂਕਿ ਜਦੋਂ ਇਸ ਤਰ੍ਹਾਂ ਦਾ ਕ੍ਰਾਈਮ ਕਰਦੇ ਹਾਂ ਤਾਂ ਉਹਦੇ ਮੋਟਿਵ ਜਿਹੜਾ ਹੈਗਾ ਈਜ਼ੀ ਮਨੀ ਦਾ ਅਤੇ ਲਾਲਚ ਦਾ ਹੀ ਹੁੰਦਾ, ਉਹਦੇ ਵਿੱਚ ਹੋਰ ਕੋਈ ਜਿਹੜਾ ਮੋਟਿਵ ਨਹੀਂ ਹੁੰਦਾ। ਐਂਡ ਮੋਡਸ ਬਰੈਂਡੀ ਦਾ ਤੁਸੀਂ ਉਹਨਾਂ ਦਾ ਤਰੀਕਾ ਵਾਰਦਾਤ ਕੀ ਹੈ, ਕੋਈ ਨੇਰੇ ਸਵੇਰੇ ਕਰਦਾ, ਕੋਈ ਕੋਈ ਟਾਈਮ ਆਪਦੇ ਸਿਲੈਕਟ ਕਰਕੇ ਕਿਸ ਸਨੈਚਿੰਗ ਕਰਦਾ, ਜਦੋਂ ਕੋਈ ਉਹਨਾਂ ਨੂੰ ਲੱਗਦਾ ਹੋਵੇ ਕਿ ਸਾਨੂੰ ਕੋਈ ਟਰੇਸ ਨਹੀਂ ਕਰ ਸਕਦਾ ਜਾਂ ਅਸੀਂ ਆਪਣੀ ਸਾਡੀ ਪਹਿਚਾਣ ਨਾ ਹੋਵੇ, ਉਹ ਉਹਨਾਂ ਨੂੰ ਉਸ ਤਰੀਕੇ ਦੀ ਜਿਹੜੀ ਉਹਨਾਂ ਦੀ ਮੋਡਸ ਬਰੈਂਡੀ ਡਿਵੈਲਪ ਕੀਤੀ ਜਾਂਦੀ ਹੈ ਜਿਹੜੇ ਚੋਰ ਨੇ। ਬਾਕੀ ਇਹਨਾਂ ਦੇ ਜਿਹੜੇ ਸਾਥੀ ਗ੍ਰਿਫਤਾਰ ਕਰਦੇ, ਬਾਕੀ ਨੇ ਉਹਨਾਂ ਤੋਂ ਸਾਨੂੰ ਉਮੀਦ ਹੈ ਕਿ ਉਹਨਾਂ ਤੋਂ ਵੀ ਕਾਫੀ ਰਿਕਵਰੀ ਹੋਏਗੀ। ਇਹ ਜਿਵੇਂ ਮੈਂ ਦੱਸਿਆ ਕੋਈ ਲਾਲੜੂ ਏਰੀਆ ਦੇ ਵਿੱਚ ਹੈ, ਬਲਟਾਣਾ ਏਰੀਆ 'ਚ ਹੈ, ਕੋਈ ਮੋਹਾਲੀ ਹੈ, ਇਸ ਤਰ੍ਹਾਂ ਅਲੱਗ ਅਲੱਗ ਏਰੀਆ ਦੇ ਵਿੱਚ, ਸੁਹਾਣੇ ਏਰੀਆ ਦੇ ਵਿੱਚ ਹੈ, ਤਾਂ ਉਹ ਅਲੱਗ ਅਲੱਗ ਇਹਨਾਂ ਦਾ ਇਹੀ ਟ੍ਰਾਈ ਸਿਟੀ ਵਾਲਾ ਜਿਹੜਾ ਹੈਗਾ ਮੋਡਸ ਬਰੈਂਡ। ਨਹੀਂ, ਇਹਨਾਂ ਦਾ ਜਿਹੜੇ ਆ ਇੱਕ ਦੂਜੇ ਨੂੰ ਵੈਸੇ ਹੀ ਮਿਲੇ ਹੋਏ ਨੇ, ਬਾਕੀ ਜਿਹੜੇ ਅਲੱਗ ਅਲੱਗ ਜਗ੍ਹਾ ਦੇ ਰਹਿਣ ਵਾਲੇ ਨੇ। ਮੌਲੀ ਬੈਦਵਨ ਪਿੰਡ ਜਿਹੜਾ ਹੈਗਾ, ਉੱਥੋਂ ਦੇ ਦੋ ਤਿੰਨ ਅਕਿਊਜ਼ ਹੈਗੇ ਨੇ ਇਸ ਦੇ ਵਿੱਚ, ਜਿਹੜਾ ਇਹਨਾਂ ਨੇ ਇੱਕ ਚੋਰੀ ਦਾ ਇਹ ਸਾਰੀਆਂ ਵਾਰਦਾਤਾਂ ਕਰਨ ਲਈ ਇੱਕ ਆਪਣਾ ਇੱਕ ਗੈਂਗ ਜਿਹਾ ਬਣਾਇਆ ਹੋਇਆ ਸੀ। ਤਾਂ ਇਹ ਸਾਰੇ ਜਿਵੇਂ ਸੱਤ ਅਕਿਊਜ਼ ਹੈਗੇ ਨੇ, ਕੋਈ ਸਾਰੇ ਸੱਤ ਇਕੱਠੇ ਹੋ ਕੇ ਨਹੀਂ ਕਰਦੇ, ਕੋਈ ਦੋ ਤਿੰਨ ਅਕਿਊਜ਼ ਕਿਸੇ ਵਾਰਦਾਤ 'ਚ ਸ਼ਾਮਿਲ ਨੇ, ਦੋ ਤਿੰਨ ਅਕਿਊਜ਼ ਕਿਸੇ ਦੇ ਵਿੱਚ ਨੇ, ਬਟ ਓਵਰਆਲ ਜਿਹੜਾ ਦੇਖਿਆ ਜਾਵੇ ਹਾਲੇ ਤੱਕ ਦੀ ਪੁੱਛਗਿੱਛ ਆਇਆ ਕਿ 7 ਅਕਿਊਜ਼ ਹੈਗੇ ਨੇ, ਜਿਨ੍ਹਾਂ ਦਾ ਆਪਸ ਦੇ ਵਿੱਚ ਕਦੇ ਦੋ ਜਣੇ ਰਲ ਕੇ ਚਲੇ ਗਏ, ਕੋਈ 4 ਜਣੇ ਚਲੇ ਗਏ, ਬਟ ਇਹ ਆਪਸ ਦੇ ਵਿੱਚ ਜਿਹੜੇ ਹੈਗੇ ਨੇ ਇੱਕ ਦੂਜੇ ਦੇ ਨੋਨ ਹੈਗੇ। ਵਾਰਦਾਤਾਂ ਜਿਹੜੀਆਂ ਰੀਸੈਂਟਲੀ ਵੀ ਹੈਗੀਆਂ ਨੇ, ਪਿਛਲੀਆਂ ਵੀ ਹੈਗੀਆਂ ਨੇ। 16 ਮਾਰਚ ਨੂੰ ਸਾਨੂੰ ਇਨਫੋਰਮੇਸ਼ਨ ਆਈ ਜਿਹੜੀ ਹੈਗੀ ਵਾਰਦਾਤ ਹੋਈ ਸੀ, ਉਸ ਤੋਂ ਬਾਅਦ ਅਸੀਂ ਜਿਹੜੀ ਹੈਗੀ ਇਹਨਾਂ ਨੂੰ ਰਾਊਂਡ ਅਪ ਕਰਨ ਵਾਸਤੇ ਆਪਣੀ ਜਿਹੜੀ ਹੈਗੀ ਆ ਬਰੀਫਿੰਗ ਕੀਤੀ ਹੋਈ ਸੀ ਫੋਰਸ ਨੂੰ, ਉਹਦੇ ਵਿੱਚ ਕਾਬੂ ਇਹ ਅੱਗੇ ਕੋਈ 11 ਦੋਸਤਾਂ ਨੂੰ ਵੇਚਤੀਆਂ, ਕੋਈ ਹੋਰ ਕਰਤੀਆਂ, ਜਿੱਥੇ ਇਹਨਾਂ ਨੂੰ ਲੱਗਦਾ ਕਿ ਸਾਨੂੰ ਪੈਸੇ ਕੋਈ ਜ਼ਿਆਦਾ ਦੇ ਦੇਵੇ, ਅੱਗੇ RC ਵਗੈਰਾ ਕੋਈ ਬਣਾ ਲਊਗਾ ਜਾਂ ਹੋਰ ਇਸ ਤਰੀਕੇ ਨਾਲ ਆਪ ਘੱਟ ਰੇਟ ਦੇ ਵੇਚ ਕੇ ਇਸ ਤਰ੍ਹਾਂ ਕਰਦੇ। ਜਿਹੜੀ ਹੈਗੀ ਆ ਗੱਡੀਆਂ ਮੋਟਰਸਾਈਕਲ ਜਿਹੜੀਆਂ ਹੈਗੀਆਂ, ਕੋਈ 3,90,000 ਇਹਨਾਂ ਨੇ ਇੱਕ ਗੱਡੀ ਵੇਚੀ ਸੀ, ਕਿਸੇ ਨੂੰ ਕੋਈ 4 ਲੱਖ ਦੀ ਗੱਡੀ ਹੈਗੀ ਆ, ਕੋਈ 3 ਲੱਖ ਦੀ ਹੈਗੀ ਆ, ਇਸ ਤਰੀਕੇ ਦੀਆਂ ਹੈਗੀਆਂ ਨੇ ਕਿ ਤੁਸੀਂ 12-13 ਲੱਖ ਦੀ ਜਿਹੜੀ ਹੈਗੀ ਆ ਅਮਾਊਂਟ ਦੀਆਂ ਗੱਡੀਆਂ ਬਣ ਜਾਂਦੀਆਂ, ਪਲੱਸ ਜਿਹੜੇ ਮੋਟਰਸਾਈਕਲ 4 ਮੋਟਰਸਾਈਕਲ ਨੇ। ਧਾਰਾਵਾਂ ਜੀ ਇਹਨਾਂ ਦੇ ਖਿਲਾਫ਼ ਜਿਹੜੇ ਚੋਰੀ ਦੀਆਂ ਸਨੈਚਿੰਗ ਦੀਆਂ ਜਿਹੜੀਆਂ ਹੈਗੀਆਂ ਨੇ ਆਲਰੇਡੀ ਜਿਹੜੀਆਂ ਹੈਗੀਆਂ 387 BB ਨੇ, ਕਿਉਂਕਿ ਸਨੈਚਿੰਗ ਵੀ ਕੀਤੀ ਹੋਈ ਹੈ ਅਤੇ ਜਿਹੜੀ ਹੈਗੀ ਚੋਰੀ ਵੀ ਕੀਤੀ ਹੈ, ਥੈਫਟ ਕੇਸਿਸ ਵੀ ਹੈਗੇ ਨੇ, ਰੈਲੇਵੈਂਟ ਸੈਕਸ਼ਨ ਸਾਰੀਆਂ ਇਨਵੋਕ ਕੀਤੀਆਂ। ਇਹਦੇ ਵਿੱਚ ਜਿਹੜਾ ਗੁਰਜੰਟ ਸਿੰਘ ਹੈ ਉਹਨੂੰ ਜਿਹੜਾ ਪ੍ਰਾਇਮਰੀ ਅਕਿਊਜ਼ ਹੈ, ਕਿਉਂਕਿ ਉਹਨੇ ਬਾਕੀ ਸਾਰੇ ਉਹਦੇ ਜਿਹੜੇ ਹੈਗੇ ਨੇ ਆਲੇ ਦੁਆਲੇ ਘੁੰਮਦੇ ਹੈਗੇ ਆ, ਸਾਰੇ ਅਕਿਊਜ਼ ਘੁੰਮਦੇ ਆ। ਜਿਹੜੇ 7 ਇਹਦੇ ਵਿੱਚ ਆਏ ਨੇ, ਬਾਕੀ ਹਲੇ 4 ਦੀ ਗ੍ਰਿਫਤਾਰੀ ਬਾਕੀ। ਰਿਮਾਂਡ ਪਹਿਲਾਂ ਜਿਹੜਾ ਲਿਆ ਗਿਆ ਸੀ, ਹੁਣ ਇੱਕ ਜਿਹੜਾ ਗੁਰਜੰਟ ਸਿੰਘ ਆ ਉਹਨੂੰ ਜੁਡੀਸ਼ਲ ਕਸਟਡੀ ਦੇ ਵਿੱਚ ਭੇਜ ਦਿੱਤਾ ਗਿਆ, ਜਿਹੜੇ ਬਾਕੀ 2 ਹੈਗੇ ਨੇ ਕਸਟਡੀ ਦੇ ਪੁਲਿਸ ਕਸਟਡੀ। ਜਿਹੜੇ ਕੈਮਰਾਜ ਅਸੀਂ ਇੰਸਟਾਲ ਕੀਤੇ ਨੇ, ਕੈਮਰਾ ਡੈਫੀਨੇਟਲੀ ਸਾਨੂੰ ਜਿਹੜੀ ਹੈਗੀ ਆ ਟਰੇਸ ਕਰਨ ਦੇ ਵਿੱਚ ਜਿਹੜੀ ਮਦਦ ਮਿਲਦੀ ਹੈ, ਕਿਉਂਕਿ ਜਿਹੜੇ ਕੈਮਰਾਜ ਹੈਗੇ ਨੇ ਉਹਨਾਂ ਦੇ ਵਿੱਚ ਜੇ ਕੋਈ ਗੱਡੀ ਚੋਰੀ ਹੁੰਦੀ ਹੈ ਜਾਂ ਹੋਰ ਹੈ, ਸਾਨੂੰ ਪਤਾ ਲੱਗਦਾ ਕਿ ਉਹਨਾਂ ਦੀ ਮੂਵਮੈਂਟ ਕਿੱਧਰ ਦੀ ਹੈ, ਕਿਉਂਕਿ ਉਹਦੇ ਕਾਫ਼ੀ ਅਸੀਂ ਜਿਹੜੀ ਜਿਹੜੀ ਉਹਨਾਂ ਦੀ ਫਰੀਕੁਐਂਸੀ ਵਾਲੇ, ਅੱਛੀ ਫਰੀਕੁਐਂਸੀ ਵਾਲੇ, ਹਾਈ ਡੈਫੀਨੇਸ਼ਨ ਵਾਲੇ ਜਿਹੜੇ ਰੈਜੋਲਿਊਸ਼ਨ ਵਾਲੇ ਕੈਮਰਾਜ ਇੰਸਟਾਲ ਕੀਤੇ ਆ, ਉਹਨਾਂ ਡੈਫੀਨੇਟਲੀ ਸਾਨੂੰ ਇਨਵੈਸਟੀਗੇਸ਼ਨ ਦੇ ਵਿੱਚ ਟੈਕਨੀਕਲੀ ਹੈਲਪ ਮਿਲਦੀ। ਉਹ ਅਸੀਂ ਹਲੇ ਵੈਰੀਫਾਈ ਕਰ ਰਹੇ ਹਾਂ ਕਿ ਕਿਹੜਾ ਕਿਹੜਾ ਰਿਕਾਰਡ ਹੈ ਸਾਰਿਆਂ ਦਾ ਲੈ ਕੇ ਫਿਰ ਅੱਗੇ।